ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਖੋਏ ਵਾਲੀ ਕੁਲਫੀ ਦੇ ਜਿਹੜੇ ਰੋਲ ਹੁੰਦੇ ਆ ਜਾਂ ਖੋਏ ਵਾਲੀ ਕੁਲਫੀ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੀ ਇਹ ਰੈਸਪੀ ਅਸੀਂ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਸਵਾਦ ਬਨ ਕੇ ਤਿਆਰ ਹੁੰਦੀ ਹੈ ਬਹੁਤ ਜਿਹੜੀ ਸੋਖੀ ਆ ਬਣਾਣੀ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ 1 ਕਿਲੋ ਦੇ ਕਰੀਬ ਦੁੱਧ ਲੈ ਲਵਾਂਗੇ ਦੁੱਧ ਨੂੰ ਅਸੀਂ ਉਬਾਲਾ ਦਵਾ ਲਵਾਂਗੇ ਦੁੱਧ ਨੂੰ ਜਦੋਂ ਅਸੀਂ ਉਬਾਲਾ ਦਵਾ ਲਾਂਗੇ ਦੁੱਧ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਤੇ ਇਹਦੇ ਉੱਤੇ ਦੇਖੋ ਜਿਹੜੀ ਮਲਾਈ ਆ ਚੁੱਕੀ ਆ ਹਲਕੀ ਜੀ ਇਹ ਦੁੱਧ ਜਿਹੜਾ ਗਾਈ ਦਾ ਹੈ ਜਦੋਂ ਅਸੀਂ ਦੁੱਧ ਗਰਮ ਰੱਖਣਾ ਹੈ ਤੇ ਇਹਦੇ ਵਿੱਚੋਂ ਪਹਿਲਾਂ ਤੋਂ ਹੀ ਅਸੀਂ ਥੋੜਾ ਦੁੱਧ ਕੱਢ ਕੇ ਸਾਈਡ ਤੇ ਰੱਖ ਲਵਾਂਗੇ ਠੰਡਾ ਕਰ ਲਵਾਂਗੇ ਉਹ ਦੁੱਧ ਨੂੰ ਕੋਲੀ ਵਿੱਚ ਵੱਖਰਾ ਕੱਢ ਕੇ ਰੱਖਣਾ ਹੈ ਅੱਧੀ ਕੋਲੀ ਦੇ ਕਰੀਬ ਅਸੀਂ ਕੱਢ ਲਵਾਂਗੇ ਦੁੱਧ ਠੰਡਾ ਹੋਣ ਤੇ ਅਸੀਂ ਇਹਦੇ ਵਿੱਚ ਪਾਵਾਂਗੇ 4 ਚਮਚ ਭਰ ਕੇ ਸੁੱਕੇ ਦੁੱਧ ਦੇ 4 ਚਮਚ ਭਰ ਕੇ ਅਸੀਂ ਪਾ ਦਵਾਂਗੇ ਸੁੱਕੇ ਦੁੱਧੇ ਦੁੱਧ ਜਿਹੜਾ ਸੁੱਕਾ ਹੈਗਾ ਤੁਸੀਂ ਕੋਈ ਵੀ ਪਾ ਸਕਦੇ ਹੋ ਇੱਥੇ ਮੈਂ ਨੈਸਲੇ ਦਾ ਸੁੱਕਾ ਦੁੱਧ ਲਿਆ ਹੈ ਇਹ ਜਿਹੜੀ ਖੁਲਫੀ ਹੈਗੀ ਆ ਅਸੀਂ ਬਿਨਾ ਖੋਏ ਦੇ ਬਿਨਾ ਮਲਾਈ ਦੇ ਬਣਾ ਕੇ ਤਿਆਰ ਕਰਾਂਗੇ 4 ਚਮਚ ਜਿਹੜੇ ਹੈਗੇ ਅਸੀਂ ਸੁੱਕੇ ਦੁੱਧ ਦੇ ਪਾ ਦਿੱਤੇ ਹੈ ਤੇ ਹੁਣ ਆਪਾਂ ਜਦੋਂ ਦੁੱਧ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਗੈਸ ਨਹੀਂ ਅਸੀਂ ਹਲੇ ਔਨ ਕਰਨੀ ਹੈ ਪਹਿਲਾਂ ਆਪਾਂ ਸੁੱਕੇ ਦੁੱਧ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਗੈਸ ਅਸੀਂ ਫੇਰ ਔਨ ਕਰਨੀ ਹੈ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਜੋ ਜਿਹੜੀ ਆ ਸੁੱਕੇ ਦੁੱਧ ਦੀਆਂ ਗੁਠਲੀਆਂ ਹੈਗੀਆਂ ਚੰਗੀ ਹੁਣ ਅਸੀਂ ਗੈਸ ਨੂੰ ਕਰ ਦੇਵਾਂਗੇ ਔਨ ਤੇ ਦੁੱਧ ਨੂੰ ਅਸੀਂ ਰੱਖ ਦੇਵਾਂਗੇ ਰਿਜਨ ਦੇ ਲਈ ਇਹ ਜਿਹੜਾ ਦੁੱਧ ਹੈਗਾ ਅਸੀਂ ਇਹਨੂੰ ਥੋੜੀ ਦੇਰ ਕਾੜਾਂਗੇ ਦੇਖੋ ਇਹਦੇ ਜਿਹੜਾ ਦੁੱਧ ਹੈਗਾ ਸਾਡਾ ਰਿਜਨਾ ਸ਼ੁਰੂ ਹੋ ਗਿਆ ਹੈ ਦੁੱਧ ਨੂੰ ਅਸੀਂ ਕਾੜ ਕੇ ਥੋੜਾ ਹੋਰ ਘੱਟ ਕਰਾਂਗੇ ਸੰਗਣਾ ਕਰਾਂਗੇ ਚੰਗੀ ਤਰ੍ਹਾਂ ਸਾਈਡ ਤੇ ਆਪਾਂ ਕੜਸ਼ੀ ਮਾਰੀ ਜਾਵਾਂਗੇ ਜਿਹੜੀ ਉਹਦੇ ਉੱਪਰ ਬਲਾਈ ਆਏਗੀ ਜਦੋਂ ਆਣੀ ਸ਼ੁਰੂ ਹੋਏਗੀ ਅਸੀਂ ਕੜਸ਼ੀ ਮਾਰ ਕੇ ਉਹਨੂੰ ਵਿੱਚੇ ਹੀ ਮਿਕਸ ਕਰ ਦਵਾਂਗੇ ਇਹਦੇ ਉੱਪਰ ਅਸੀਂ ਮਲਾਈ ਨਹੀਂ ਆਂ ਦੇਣੀ ਜਿੰਨੀ ਦੇਰ ਤੱਕ ਇਹ ਦੁੱਧ ਦੁੱਧ ਜਿੱਦਾ ਹੈ ਅਸੀਂ ਗੈਸ ਦੇ ਉੱਤੇ ਇੱਕ ਫਰਾਈਪੈਨ ਰੱਖਾਂਗੇ ਇਸ ਫਰਾਈਪੈਨ ਦੇ ਵਿੱਚ ਅਸੀਂ ਇੱਕ ਕੋਲੀ ਭਰ ਕੇ ਖੰਡ ਦੀ ਪਾ ਦਵਾਂਗੇ ਗੈਸ ਨੂੰ ਅਸੀਂ ਕਰ ਦਵਾਂਗੇ ਔਨ ਤੇ ਜਿਹੜੀ ਆਪਾਂ ਖੰਡ ਹੈਗੀ ਇਹਦਾ ਸ਼ਰਬਤ ਬਣਾ ਕੇ ਤਿਆਰ ਕਰਾਂਗੇ ਖਾਂਡੇ ਦੇ ਵਿੱਚ ਅਸੀਂ ਪਾਣੀ ਬਿਲਕੁਲ ਨਹੀਂ ਪਾਣਾ ਹੈ ਬਿਨਾ ਪਾਣੀ ਦੇ ਹੀ ਖਾਂਡ ਨੂੰ ਅਸੀਂ ਮੈਲਟ ਕਰਨਾ ਹੈ ਮੱਠੇ ਸੇਕਦੇ ਉੱਤੇ ਆਪਰ ਰੱਖਣੀ ਆ ਜਿਹੜਾ ਫਰਾਈਪੈਨ ਗੈਸ ਤੇਜ ਨਹੀਂ ਕਰਨੀ ਐ ਥੋੜੀ ਥੋੜੀ ਦੇਰ ਬਾਅਦ ਅਸੀਂ ਫਰਾਈਪੈਨ ਚੱਕ ਕੇ ਹਿਲਾਈ ਜਾਵਾਂਗੇ ਇਹਦਾ ਦੇਖ ਲਵਾਂਗੇ ਕੋਸ਼ੀ ਦੇਰ ਦੇ ਵਿੱਚ ਜਿਹੜੀ ਸਾਡੀ ਖੰਡ ਹੈਗੀ ਉਹ ਚੰਗੀ ਤਰ੍ਹਾਂ ਮੈਲਟ ਹੋ ਜਾਏਗੀ ਇੱਥੇ ਜਿਹੜੀ ਖੰਡ ਹੈ ਆਪਾਂ ਇਹਨੂੰ ਬਿਲਕੁਲ ਮੱਠੇ ਸੇਕ ਉੱਤੇ ਕਰਨਾ ਹੈ ਜੇ ਅਸੀਂ ਗੈਸ ਤੇਜ਼ ਕਰਾਂਗੇ ਤੇ ਜਿਹੜੀ ਸਾਡੀ ਖੰਡ ਹੈ ਉਹ ਸੜ ਜਾਏਗੀ ਨਹੀਂ ਤੇ ਜਦੋਂ ਆਪਾਂ ਕੁਲਫੀ ਬਣਾਵਾਂਗੇ ਉਹਦੇ ਵਿੱਚ ਥੋੜਾ ਕੋੜਾਪਨ ਦਾ ਟੇਸਟ ਆਏਗਾ ਦੇਖੋ ਇਧਰ ਜਿਹੜੀ ਸਾਡੀ ਖੰਡ ਜਦੋਂ ਮੈਲਟ ਹੋ ਜਾਵੇ ਫਿਰ ਅਸੀਂ ਇਹਦੇ ਵਿੱਚ ਕੜਛੀ ਲਗਾਵਾਂਗੇ ਤੇ ਦੇਖੋ ਜਿਹੜਾ ਸਾਡਾ ਖੰਡ ਦਾ ਸਿਰਪ ਬਣ ਚੁੱਕਾ ਹੈ ਤੇ ਹੁਣ ਜਦੋਂ ਚੰਗੀ ਤਰ੍ਹਾਂ ਸਿਰਪ ਬਣ ਜਾਏਗਾ ਅਸੀਂ ਇਹ ਖੰਡ ਵਾਲਾ ਸਿਰਪ ਜਿਹੜਾ ਹੈ ਉਹ ਕੜਾਈ ਦੇ ਵਿੱਚ ਪਾਵਾਂਗੇ ਉਧਰ ਦੇਖੋ ਨਾਣਾ ਲਸੀ ਦੁੱਧ ਨੂੰ ਵੀ ਕੜਛੀ ਮਾਰੀ ਜਾਵਾਂਗੇ ਕਿਉਂਕਿ ਜਿਹੜਾ ਦੁੱਧ ਹੈ ਉਹ ਸੰਗਣਾ ਹੋ ਚੁੱਕਾ ਹੈ ਜਦੋਂ ਦੁੱਧ ਸੰਗਣਾ ਹੋ ਜੇ ਤੇ ਵੀ ਥੋੜਾ ਥੱਲੇ ਲੱਗਣ ਦਾ ਡਰ ਰਹਿੰਦਾ ਹੈ ਖੰਡ ਵਾਲਾ ਜਿਹੜਾ ਸਰਪ ਹੈਗਾ ਹੁਣ ਅਸੀਂ ਕੜਾਈ ਦੇ ਵਿੱਚ ਪਾਵਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਕਿਉਂਕਿ ਸਰਪ ਵੀ ਗਰਮ ਹੈ ਤੇ ਇਧਰ ਦੁੱਧ ਵੀ ਗਰਮ ਹੈ ਤੇ ਨਾਲ-ਨਾਲ ਅਸੀਂ ਜਿਹੜੀ ਕੜਛੀ ਹੈ ਉਹ ਚਲਾਉਂਦੇ ਰੱਖਾਂਗੇ ਥੋੜਾ ਥੋੜਾ ਕਰਕੇ ਅਸੀਂ ਜਿਹੜਾ ਸਾਰਾ ਸਰਪ ਹੈਗਾ ਕੜਾਈ ਦੇ ਵਿੱਚ ਪਾ ਦਵਾਂਗੇ ਤੇ ਲਗਾਤਾਰ ਜਿਹੜੀ ਕੜਛੀ ਆ ਨੂੰ ਤੇਜ਼ ਤੇ ਚਲਾਵਾਂਗੇ ਖੰਡ ਨੂੰ ਆਪਾਂ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਮਿਕਸ ਕਰ ਦਵਾਂਗੇ ਖੰਡ ਵਾਲਾ ਸਰਪਾਂ ਤੋਂ ਬਾਅਦ ਅਸੀਂ ਗੈਸ ਨੂੰ ਬੰਦ ਨਹੀਂ ਕਰਾਂਗੇ ਕੜਛੀ ਨੂੰ ਆਪਾਂ ਲਗਾਤਾਰ ਚਲਾਉਂਦੇ ਰੱਖਾਂਗੇ ਜਿਹੜਾ ਆਪਾਂ ਦੁੱਧ ਬਚਾ ਕੇ ਰੱਖਿਆ ਸੀ ਉਸ ਦੁੱਧ ਦੇ ਵਿੱਚ ਆਪਾਂ 2.5 ਚਮਚ ਦੇ ਕਰੀਬ ਕੌਰਨ ਫਲੋਰ ਪਾ ਦਵਾਂਗੇ ਕੌਰਨ ਫਲੋਰ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹ ਵਾਲਾ ਜਿਹੜਾ ਦੁੱਧ ਹੈਗਾ ਇਹ ਅਸੀਂ ਹੁਣ ਕੜਾਈ ਦੇ ਵਿੱਚ ਪਾ ਦਵਾਂਗੇ ਜਿਹੜੀ ਕੜਾਈ ਦੇ ਵਿੱਚ ਆਪਾਂ ਖੰਡ ਪਾਈ ਸੀਗਾ ਨਾ ਖੰਡ ਵਾਲਾ ਸਰਪ ਆਇਆ ਸੀ ਉਹਦੇ ਵਿੱਚ ਅਸੀਂ ਆਹ ਕੌਰਨ ਫਲੋਰ ਵਾਲਾ ਦੁੱਧ ਪਾ ਦਵਾਂਗੇ ਇਧਰ ਦੇਖੋ ਜਿਹੜਾ ਸਾਡਾ ਦੁੱਧ ਰਿਜ ਰਿਹਾ ਹੈ ਹੁਣ ਅਸੀਂ ਇਹਦੇ ਵਿੱਚ ਕੌਰਨ ਫਲੋਰ ਵਾਲਾ ਦੁੱਧ ਪਾ ਦਿੰਦੇ ਹਾਂ ਇਹਦੇ ਨਾਲ ਜਿਹੜਾ ਸਾਡੀ ਕੁਲਫੀ ਵਾਲਾ ਜਿਹੜਾ ਮਟੀਰੀਅਲ ਹੈਗਾ ਇਹ ਸੰਘਣਾ ਹੋ ਜਾਏਗਾ ਕੌਰਨ ਫਲੋਰ ਵਾਲਾ ਜਿਹੜਾ ਦੁੱਧ ਹੈਗਾ ਅਸੀਂ ਕੜਾਈ ਦੇ ਵਿੱਚ ਪਾ ਦਿੱਤਾ ਹੈ ਤੇ ਅਸੀਂ ਆਪਾਂ ਲਗਾਤਾਰ ਚਲਾਉਂਦੇ ਰੱਖਾਂਗੇ ਥੋੜੀ ਹੀ ਦੇਰ ਦੇ ਵਿੱਚ ਦੇਖਿਓ ਜਿਹੜਾ ਸਾਡਾ ਇਹ ਦੁੱਧ ਹੈ ਸੰਘਣਾ ਹੋ ਜਾਏਗਾ ਦੇਖੋ ਜਿਹੜਾ ਇਧਰ ਦੁੱਧ ਹੈਗਾ ਸੰਘਣਾ ਹੋ ਚੁੱਕਾ ਹੈ ਤੇ ਇਹਨੂੰ ਆਪਾਂ ਹੁਣ ਠੰਡਾ ਹੋਣ ਲਈ ਰੱਖ ਦਵਾਂਗੇ ਗੈਸ ਨੂੰ ਕਰ ਦਵਾਂਗੇ ਬੰਦ ਤੇ ਠੰਡਾ ਹੋਣ ਤੋਂ ਬਾਅਦ ਅਸੀਂ ਇਹਨੂੰ ਇੱਕ ਇਸ ਤਰ੍ਹਾਂ ਦੇ ਬੌਲ ਦੇ ਵਿੱਚ ਕੱਢ ਲ ਹੁਣ ਅਸੀਂ ਇਹਦੇ ਵਿੱਚ ਹਲਕਾ ਜਿਹਾ ਬਲੈਂਡਰ ਚਲਾਵਾਂਗੇ ਜੇਕਰ ਤੁਹਾਡੇ ਕੋਲ ਬਲੈਂਡਰ ਨਹੀਂ ਹੈਗਾ ਤੁਸੀਂ ਇਹਨੂੰ ਮਿਕਸੀ ਦੇ ਜਿਹੜਾ ਵੱਡਾ ਜੱਗ ਹੁੰਦਾ ਉਹਦੇ ਵਿੱਚ ਪਾ ਕੇ ਇਹ ਵਾਲਾ ਮਟੀਰੀਅਲ ਤੇ ਦੋ ਚਾਰ ਵਾਰ ਇਹਨੂੰ ਤੁਸੀਂ ਚਲਾ ਲਵੋ ਚੰਗੀ ਤਰ੍ਹਾਂ ਮਤਲਬ ਇਹ ਸੈੱਟ ਹੋ ਜਾਏਗਾ ਫਿਰ ਜਦੋਂ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਏਗਾ ਫਿਰ ਅਸੀਂ ਇਹਨੂੰ ਜਮਾਵਾਂਗੇ ਜਮਾਣ ਦੇ ਲਈ ਅਸੀਂ ਜਾਂ ਤੇ ਇਹਨੂੰ ਕਿਸੇ ਕੱਚ ਦੇ ਬਰਤਨ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਸਟੀਲ ਦੇ ਡੱਬੇ ਵਿੱਚ ਜਾਂ ਪਲਾਸਟਿਕ ਦੇ ਡੱਬੇ ਵਿੱਚ ਜਮਾ ਸਕਦੇ ਆ ਇੱਥੇ ਮੈਂ ਇੱਕ ਸਟੀਲ ਦਾ ਡੱਬਾ ਲਿਆ ਹੈ ਇੱਕ ਕੱਚ ਦਾ ਤੇ ਇਹ ਮਟੀਰੀਅਲ ਅਸੀਂ ਇਹਨਾਂ ਦੋਨਾਂ ਵਿੱਚ ਥੋੜਾ ਥੋੜਾ ਪਾ ਦਿੰਦੇ ਹਾਂ ਫ੍ਰੀਜ ਵਿੱਚ ਰੱਖਣ ਤੋਂ ਪਹਿਲਾਂ ਅਸੀਂ ਇਹਦੇ ਉੱਪਰ ਹਲਕਾ ਜਿਹਾ ਕੋਈ ਇਸ ਤਰ੍ਹਾਂ ਦਾ ਲਿਫਾਫਾ ਰੱਖ ਲਵਾਂਗੇ ਜਾਂ ਅਸੀਂ ਇਹਦੇ ਉੱਪਰ ਐਲੂਮੀਨੀਅਮ ਫੋਇਲ ਰੱਖ ਦਵਾਂਗੇ ਇਹ ਲਿਫਾਫਾ ਰੱਖਣ ਤੋਂ ਬਾਅਦ ਅਸੀਂ ਫਿਰ ਡੱਬੇ ਨੂੰ ਕਰ ਦਵਾਂਗੇ ਬੰਦ ਦੋਨਾਂ ਦੇ ਉੱਪਰ ਅਸੀਂ ਇਹਨਾਂ ਦੇ ਸਾਈਜ਼ ਦਾ ਹੀ ਥੋੜਾ ਜਿਹਾ ਲਿਫਾਫਾ ਕੱਟ ਕੇ ਲਗਾ ਦੇਵਾਂਗੇ ਇਦਾਂ ਕਰਨ ਦੇ ਨਾਲ ਇਹਦੇ ਉੱਪਰ ਜਿਹੜੀ ਬਰਫ਼ ਹੈ ਉਹ ਨਹੀਂ ਜੰਮਦੀ ਹੈ ਹੁਣ ਆਪਾਂ ਇਹਨੂੰ 6-7 ਘੰਟੇ ਲਈ ਜਾਂ ਪੂਰੀ ਰਾਤ ਦੇ ਲਈ ਫ੍ਰਿਜ ਵਿੱਚ ਜੰਮਣ ਦੇ ਲਈ ਰੱਖ ਦਵਾਂਗੇ ਅਗਲੇ ਦਿਨ ਸਵੇਰ ਨੂੰ ਅਸੀਂ ਇਹਨੂੰ ਕੱਢ ਕੇ ਦੇਖਾਂਗੇ ਇਧਰ ਜਿਹੜੀ ਸਾਡੀ ਕੁਲਫੀ ਹੈ ਦੇਖੋ ਜੰਮ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਅਸੀਂ ਇੱਕ ਬਰਤਨ ਲੈ ਲਵਾਂਗੇ ਉਹਦੇ ਵਿੱਚ ਪਾਣੀ ਪਾ ਲਵਾਂਗੇ ਪਾਣੀ ਪਾਣ ਤੋਂ ਬਾਅਦ ਅਸੀਂ ਇਹਨੂੰ ਇਹਦੇ ਵਿੱਚੋਂ ਦੇ ਕੱਢਾਂਗੇ ਇਸ ਤਰ੍ਹਾਂ ਅਸੀਂ ਇਹਦੇ ਵਿੱਚ ਕਰਦ ਨੂੰ ਚਾਕੂ ਨੂੰ ਖਵਾ ਦੇਵਾਂਗੇ ਚਾਕੂ ਖਵਾਉਣ ਦੇ ਨਾਲ ਜਿਹੜੀ ਪੂਰੀ ਕੁਲਫੀ ਹੈਗੀ ਹੈ ਬਾਹਰ ਨਿਕਲ ਆਏਗੀ ਬਾਹਰ ਨਿਕਲਣ ਤੋਂ ਬਾਅਦ ਅਸੀਂ ਇਹਨੂੰ ਗੋਲ-ਗੋਲ ਪੀਸਾ ਦੇ ਵਿੱਚ ਕੱਟ ਲਵਾਂਗੇ ਇਧਰ ਅਸੀਂ ਦੇਖੋ ਪੀਸ ਕੱਟ ਕੇ ਰੱਖ ਲਿਆ ਤੇ ਜਿਹੜੀ ਜਿਹੜੀ ਦੂਸਰੀ ਸਾਡੀ ਕੁਲਫੀ ਹੈ ਉਹਨੂੰ ਵੀ ਅਸੀਂ ਆਪਣੇ ਹਿਸਾਬ ਦੇ ਨਾਲ ਕੱਟ ਲਵਾਂਗੇ ਤੇ ਇਹਦੇ ਉੱਪਰ ਹੁਣ ਆਪਾਂ ਥੋੜੇ ਜੇ ਕ੍ਰਸ਼ ਕੀਤੇ ਹੋਏ ਬਦਾਮ ਪਾ ਦਵਾਂਗੇ ਤੇ ਜਿਹੜੀ ਸਾਡੀ ਕੁਲਫੀ ਬਿਲਕੁਲ ਤਿਆਰ ਹੈ ਤੁਸੀਂ ਬੱਚਿਆਂ ਨੂੰ ਘਰ ਵਿੱਚ ਆਸਾਨੀ ਜੇ ਤਰੀਕੇ ਦੇ ਨਾਲ ਬਣਾ ਕੇ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਸਵਾਦ ਬਨ ਕੇ ਤਿਆਰ ਹੁੰਦੀ ਹੈ ਜੇਕਰ ਤੁਹਾਨੂੰ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਖੋਏ ਵਾਲੀ ਕੁਲਫੀ ਦੀ ਜਿਹੜੀ ਰੈਸਪੀ ਹੈ ਕਿਸ ਤਰ੍ਹਾਂ ਦੀ ਲੱਗੀ ਹੈ ਮਿਲਦੇ ਆਂ ਫਿਰ ਤੁਹਾਨੂੰ ਕੋਈ ਅਗਲੀ ਨਵੀਂ ਵੀਡੀਓ ਦੇ ਨਾਲ